ਅਜਦੀ ਅੰਜੀਲ ਦੀ ਆਖਰੀ ਵਚਨ ਲੂਕਾ 10:9 ਹੈ। ਇਹ ਵਚਨ ਇੱਕ ਡਾਕਟਰ ਅਤੇ ਅੰਜੀਲਕਾਰ ਦੋਨਾਂ ਵਜੋਂ ਸੰਤ ਲੂਕਾ ਦੇ ਮਿਸ਼ਨ ਦੇ ਬਾਰੇ ਦੱਸਦਾ ਹੈ। ਲੂਕਾ ਆਪਣੀ ਅੰਜੀਲ ਦੁਆਰਾ ਮਸੀਹ ਦੀ ਹਮਦਰਦੀ ਨੂੰ ਲਗਾਤਾਰ ਉਜਾਗਰ ਕਰਦਾ ਹੈ, ਜੋ ਹਾਸੀ ਅਤੇ ਬਿਮਾਰਾਂ ਅਤੇ ਕਮਜ਼ੋਰਾਂ ਤੱਕ ਪਹੁੰਚਦਾ ਹੈ। ਸਾਡੇ ਆਪਣੇ ਜੀਵਨ ਵਿੱਚ ਸਾਨੂੰ ਸਿਰਫ ਸਰੀਰਕ ਲੋੜਾਂ ਨੂੰ ਪੂਰਾ ਕਰਨ ਵਿੱਚ ਹੀ ਨਹੀਂ, ਸਗੋਂ ਸਾਡੇ ਆਲੇ ਦੁਆਲੇ ਦੇ ਲੋਕਾਂ ਲਈ ਸ਼ਾਂਤੀ, ਪਿਆਰ ਅਤੇ ਮੁਕਤੀ ਦੇ ਖੁਸ਼ਖਬਰੀ ਲਿਆਉਣ ਵਾਲੇ ਤੰਦਰੁਸਤ ਦੇ ਸਾਧਨ ਬਣਨ ਲਈ ਕਿਹਾ ਜਾਂਦਾ ਹੈ। ਅਸੀਂ ਪ੍ਰਾਰਥਨਾ ਕਰੀਏ, ਮੇਰੇ ਪ੍ਰਭੂ ਯੇਸੂ, ਅੱਜ ਮੈਨੂੰ ਸੰਤ ਲੂਕਾ ਵਾਂਗ ਮੇਰੇ ਸ਼ਬਦਾਂ ਅਤੇ ਕੰਮਾਂ ਦੁਆਰਾ ਖੁਦਾ ਦੀ ਕਿਰਪਾ ਦੇ ਇੱਕ ਜੀਵਤ ਚਿੰਨ੍ਹ ਵਜੋਂ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।